a South Asian Canadian channel. ਬਟਾਲਾ ਦੇ ਨੇੜੇ ਪਿੰਡ ਗਜੂਗਾਂਜੀ ਦਾ ਰਹਿਣ ਵਾਲੇ ਵਿਅਕਤੀ ਮੰਗਲ ਸਿੰਘ ਦੇ ਭੇਦ ਭਰੇ ਹਾਲਾਤ 'ਚ ਹੋਈ ਮੌਤ ਉੱਤੇ ਮ੍ਰਿਤਕ ਦੇ ਭਰਾ ਜਸਵੰਤ ਸਿੰਘ ਅਤੇ ਪਤਨੀ ਸਰਬਜੀਤ ਕੌਰ ਨੇ ਦੱਸਿਆ ਹੈ ਕਿ ਬੀਤੀ ਦੇਰ ਸ਼ਾਮ ਨੂੰ ਮੰਗਲ ਸਿੰਘ ਨੂੰ ਤਿੰਨ ਲੋਕ ਅੱਧ ਮਾਰੀ ਹਾਲਤ 'ਚ ਘਰ ਛੱਡ ਗਏ ਤਾਂ ਜਦੋਂ ਮੰਗਲ ਸਿੰਘ ਤੋਂ ਉਸਦੀ ਹਾਲਤ ਬਾਰੇ ਪੁੱਛਿਆ ਗਿਆ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਉੱਥੋਂ ਜਲਦ ਹੀ ਭੱਜ ਨਿਕਲੇ ਉਸ ਤੋਂ ਬਾਅਦ ਜਦ ਮੰਗਲ ਨੂੰ ਹਸਪਤਾਲ 'ਚ ਇਲਾਜ ਲਈ ਪਰਿਵਾਰ ਲੈ ਕੇ ਗਿਆ ਤਾਂ ਉਸਨੂੰ ਉੱਥੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮੰਗਲ ਸਿੰਘ ਦੇ ਪਰਿਵਾਰ ਦਾ ਆਰੋਪ ਹੈ ਕਿ ਮੰਗਲ ਸਿੰਘ ਨੇੜਲੇ ਪਿੰਡ ਜੋੜਾ ਸਿੰਘ ਇੱਕ ਕਿਸਾਨ ਦੇ ਘਰ ਨੌਕਰੀ ਕਰਦਾ ਸੀ ਅਤੇ ਉਹ ਉਸਦੇ ਖੇਤਾਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਕਰਦਾ ਸੀ ਅਤੇ ਉਹਨਾਂ ਵੱਲੋਂ ਹੀ ਉਸਨੂੰ ਕੁੱਟਮਾਰ ਕਰ ਬੁਰੀ ਤਰ੍ਹਾਂ ਜ਼ਖਮੀ ਕਰ ਬੁਰੇ ਹਾਲਤ ਵਿੱਚ ਘਰ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਮੰਗਲ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਮੰਗਲ ਸਿੰਘ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਘਟਨਾ ਇਹ ਦੇਰ ਮੇਰਾ ਉੱਧਰ ਨੂੰ ਜੋੜੇ ਨੂੰ ਗਿਆ ਉਹਦਾ 6 ਵਜੇ ਤੰਬਾਕੂ ਮਲ ਡਿਆ ਖੁਰਲੀ 'ਤੇ ਬਹਿ ਕੇ 7:30 ਵਜੇ ਨਾ ਇਹ ਲਾਸ਼ ਘਰ ਦੇ ਗਏ ਆ ਇਹਨਾਂ ਨੇ ਮਾਰਿਆ ਲਾਸ਼ਾਂ ਗੁੜੇ ਗੁੜੇ ਪਈਆਂ ਨੇ ਇਹ ਖੇਤ ਇੱਦਾਂ ਸੇਫ ਕੀਤੀ ਸੀ ਹਰਨੇਕ ਸਿੰਘ ਦੇ ਜੋੜੇ ਜੱਟ ਵਾ ਪਤਾ ਨਹੀਂ ਉਹਨਾਂ ਨੇ ਵੀਰ ਕੀ ਕੀਤਾ ਤੇ ਇਹਨਾਂ ਤੇ ਮੈਂ ਤੇ ਹੁਣ ਕਰ ਆ ਮੈਨੂੰ ਤੇ ਕਿਸੇ ਗੱਲ ਦਾ ਨਹੀਂ ਪਤਾ ਸੁੱਟ ਕੇ ਤੇ ਰੱਖ ਗਏ ਤੇ ਇੱਦਾਂ ਉਹਨਾਂ ਟੇਢਾ ਪਾਤਾ ਆ ਮੈਂ ਕਰਕੇ ਹੱਥ ਲਾਇਆ ਤਾਂ ਹੱਥ ਨਾਲ ਵੀ ਤਾਂ ਮੈਂ ਢਪੇਟ ਤੇ ਰੱਖਿਆ ਹੱਥ ਮੁੱਕਾ ਪਿਆ ਸੀ ਸਾਹ ਹੀ ਨਹੀਂ ਆਉਂਦਾ ਹਰਨੇ ਗੁਣਾ ਨਹੀਂ ਲਾਸਾਂ ਪਈਆਂ ਪੁਲਿਸ ਨੂੰ ਰਾਤੀ ਚੰਡੀਗੜ੍ਹ ਫੋਨ ਕੀਤਾ ਸੀ ਉਹਨਾਂ ਨੇ ਕਿਲੇ ਵੀ ਕੀਤਾ ਉਹਨਾਂ ਨੂੰ ਕਿਲਾ ਲੱਗਦਾ ਵਾ ਸਾਨੂੰ ਘੁੰਮਣ ਕਰਾ ਲੱਗਦੇ ਨੇ ਅਜੇ ਤੀਕਰ ਕੋਈ ਕਾਰਵਾਈ ਨਹੀਂ ਅੱਡੀ ਹੋਈ ਘਟਨਾ ਇੱਦਾਂ ਹੋਈ ਹੈ ਵੀ ਇਹ ਨਾ ਜਦੋਂ ਅਸੀਂ ਘਰ ਕੋਈ ਵੀ ਨਹੀਂ ਹੈਗਾ ਜੀ ਇਹ ਆਏ ਆ ਗੱਡੀ ਦੇ 3 ਜਣੇ ਆਏ ਆ ਅਤੇ ਸੁੱਟ ਕੇ ਘਰ ਚਲ ਗਏ ਜਦੋਂ ਸਾਡੀ ਭਾਬੀ ਜੀ ਆਈ ਆ ਅਤੇ ਉਹਨਾਂ ਨੇ ਆਣ ਕੇ ਵੇਖਿਆ ਵੀ ਕਹਿੰਦੇ ਇਹਨੂੰ ਸੇਰੇ ਹੋਣਾ ਤਾਂ ਠਾ ਨਹੀਂ ਕਰਨਾ ਅਤੇ ਇੱਥੇ ਕਿਉਂ ਨਹੀਂ ਇਹਨੂੰ ਨਾ ਥੋੜ੍ਹਾ ਜਿਹਾ ਕੋਈ ਗੱਲ ਨਹੀਂ ਆ ਦੌਰਾ ਜਿਹਾ ਪਿਆ ਤਾਂ ਠੀਕ ਹੋ ਜਾਏਗਾ ਫਿਰ ਉਸ ਤੋਂ ਬਾਅਦ ਡਾਕਟਰ ਨੂੰ ਸੱਦਿਆ ਇੱਥੋਂ ਲੋਕਲ ਡਾਕਟਰ ਨੂੰ ਉਹਨੇ ਸਾਨੂੰ ਉਦੋਂ ਹੀ ਦੱਸਤਾ ਵੀ ਨਹੀਂ ਹੈ ਨਹੀਂਗਾ ਫਿਰ ਇਹ ਬਟਾਲਾ ਵੀ ਖੜਿਆ ਉਸ ਦੇ ਉਹਨਾਂ ਦਾ ਦੱਸਤਾ ਵੀ 1.5 ਘੰਟਾ ਮੌਤ ਪਹਿਲਾਂ ਹੋ ਚੁੱਕੀ ਹੈ ਜੀ ਕੀ ਕੰਮ ਕਰਦੇ ਸੀ ਤੇ ਕਿਹਨੂੰ ਕੰਮ ਕਰਦੇ ਇਹ ਜ਼ਿਮੀਦਾਰ ਨਾਲ ਆਪਣਾ ਪਠਪਠ ਪਾਉਂਦੇ ਡੰਗਰਾਂ ਨੂੰ ਜ਼ਿਮੀਦਾਰ ਦੇ ਨਾਲ ਲੱਗੇ ਸੀ ਅਤੇ ਸਾਡੇ ਨਾਲ ਹੀ ਲੱਗੇ ਜੋਰਾ ਸਿੰਘਾ ਪਿੰਡ ਆ ਕੱਲ੍ਹ ਅੱਜ ਸਵੇਰ ਹੀ ਮੈਨੂੰ ਇਸ ਪਰਿਵਾਰ ਦੇ ਕੋਲੋਂ ਪਤਾ ਲੱਗਿਆ ਕਿ ਇਹ ਸਾਡੇ ਲਾਗੇ ਪਿੰਡ ਜੋੜਾ ਸਿੰਘਾ ਦੇ ਵਿੱਚ ਕਿਸੇ ਕਿਸਾਨ ਦੇ ਘਰ ਆਤੜੀ ਕਰਦਾ ਸੀ ਔਰ ਉਹਨਾਂ ਨੇ ਇਹਦੇ ਨਾਲ ਅਜੇ ਤੱਕ ਪਰਿਵਾਰ ਨੂੰ ਨਹੀਂ ਪਤਾ ਲੱਗਿਆ ਵੀ ਕਿਸ ਕਾਰਨ ਕਰਕੇ ਇਹਨੂੰ ਮਾਰਿਆ ਉਹਨਾਂ ਨੇ ਉਹ 3 ਜਣੇ ਆ ਕੇ ਇਸ ਪਰਿਵਾਰ ਦੇ ਘਰ ਇਹਦੇ ਮਾਰ ਕੇ ਇਹਨੂੰ ਸੁੱਟ ਕੇ ਚਲੇ ਗਏ ਨੇ ਉਸ ਤੋਂ ਬਾਅਦ ਪਰਿਵਾਰ ਨੇ ਇੱਥੇ ਜਿਹੜਾ RMP ਡਾਕਟਰ ਸੀ ਉਹਨੂੰ ਬੁਲਾ ਕੇ ਪੁੱਛਿਆ ਡਾਕਟਰ ਨੇ ਕਿਹਾ ਕਿ ਇਹ ਠੰਡਾ ਹੋ ਚੁੱਕਿਆ ਉਸ ਤੋਂ ਬਾਅਦ ਪਰਿਵਾਰ ਨੇ ਆਪਣਾ ਸ਼ੱਕ ਦੂਰ ਕਰਨ ਵਾਸਤੇ ਬਟਾਲਾ ਹਸਪੀਟਲ ਬਟਾਲਾ ਲੈ ਕੇ ਗਏ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਕਿਹਾ ਗਿਆ ਕਿ 1.5 ਘੰਟਾ ਪਹਿਲਾਂ ਇਹਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਹੁਣ ਸਵੇਰ ਤੋਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਸੀ ਪਹਿਲਾਂ ਘੁੰਮਣ ਕਲਾਂ ਥਾਣਾ ਦੇ ਵਿੱਚ ਫੋਨ ਕੀਤਾ ਗਿਆ ਘੁੰਮਣ ਕਲਾਂ ਪੁਲਿਸ ਸਟੇਸ਼ਨ ਵੱਲੋਂ ਕਿਹਾ ਗਿਆ ਕਿ ਇਹ ਵਕੂਆ ਜਿਹੜਾ ਬਣਦਾ ਵਾ ਜੋੜਾ ਸਿੰਘ ਆ ਕਿਲਾ ਲਾਲ ਸਿੰਘ ਦੇ ਅਧੀਨ ਆਉਂਦਾ ਕਿਲਾ ਲਾਲ ਸਿੰਘ ਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਕਿਲਾ ਲਾਲ ਸਿੰਘ ਨੇ ਵੀ ਇਹ ਕਿਹਾ ਕਿ ਇਹ ਜੀ ਥਾਣਾ ਘੁੰਮਣ ਕਲਾਂ ਦੇ ਵਕੂਏ ਦੇ ਵਿੱਚ ਆਉਂਦਾ ਇਹਦੇ ਕਰਕੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਛੋਟੇ ਛੋਟੇ ਬੱਚੇ ਨੇ ਘਰ ਵਾਲੀ ਵਿਚਾਰੀ ਇਕੱਲੀ ਗਰੀਬ ਮਾਤਰ ਮਿਹਨਤ ਕਰਕੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਕਰਦਾ ਸਾਨੂੰ ਪਤਾ ਲੱਗਾ ਕਿ ਗਜੂਗਾ ਜੀ ਦਾ ਜਿਹੜਾ ਮੰਗਲ ਸਿੰਘ ਦੀ ਮੌਤ ਹੋਈ ਹੈ ਇਹ ਕਿਸੇ ਦੇ ਘਰ ਕੰਮ ਕਰਦਾ ਸੀਗਾ ਆਥੜੀ ਦਾ ਅਤੇ ਸ਼ਰਾਬ ਪੀਂਦਾ ਸੀਗਾ ਅਤੇ ਹੁਣ ਇਹਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਵੀ ਰਿਪੋਰਟ ਆਉਂਦੀ ਆ ਉਹਦੇ ਮੁਤਾਬਕ ਅਗਲੀ ਕਾਰਵਾਈ ਲੈਂਦੀ ਹੈ ਪਰਿਵਾਰ ਨੇ ਕੁਝ ਦੱਸਿਆ ਪਰਿਵਾਰ ਨੇ ਅਜੇ ਕੁਛ ਨਹੀਂ ਦੱਸਿਆ ਜੀ ਕੁਛ ਨਹੀਂ ਦੱਸਿਆ ਜੀ ਅਜੇ ਆਏ ਹਾਂ ਫਿਲਹਾਲ ਜੋ ਵੀ ਰਿਪੋਰਟ ਆਏਗੀ ਜਾਂ ਪਰਿਵਾਰ ਦੱਸੇਗਾ ਉਸ ਹਿਸਾਬ ਨਾਲ ਕਰੋ ਜੀ ਕਿਤੋਂ ਕਦੀ ਮੌਤ ਹੋਈ ਬਹੁਤ ਰਾਤ ਹੀ ਦੱਸਿਆ ਨਾ ਕਿ ਰਾਤ ਹੋਈ ਹੈ ਉਦੋਂ ਇਹਦੇ ਬਾਰੇ ਕੋਈ ਟਾਈਮ ਨਹੀਂ ਪੂਰਾ ਦੱਸਿਆ ਉਹਨਾਂ ਦੇ ਮੁਤਾਬਕ ਹੀ ਹੈ ਇਹਦੀ ਮੌਤ ਆਪਣੇ ਘਰ ਹੋਈ ਹੈ ਜਾਂ ਜਿੱਥੇ ਕੰਮ ਕਰਦਾ ਸੀ ਇਹਦੇ ਬਾਰੇ ਕੁਛ ਨਹੀਂ ਅਜੇ ਪਤਾ ਬਿਆਨ ਜੋ ਦੇਣਗੇ ਉਸ ਹਿਸਾਬ ਨਾਲ ਫਿਰ ਦੱਸਾਂਗੇ A South Asian Canadian channel.